ਪੈਰ ਲੈਣ ਵਾਸਤੇ ਰਾਰ ਨੂੰ ਫੌਜਾਂ ਨੂੰ ਲੈ ਕੇ ਰੱਤੀ ਰੋੜੀ ਤੇ ਚਲਾ ਗਿਆ। ਰੱਤੀ ਰੋੜੀ ਕਿਹੜੀ? ਖਰਲਾਂ ਦੀ ਹੱਦ ਪਿਛਲੇ ਪਾਸੇ ਰਹਿ ਗਈ, ਸਿਆਲਾਂ ਦੀ ਹੱਦ ਅਗਲੇ ਪਾਸੇ ਆ ਗਈ। ਇਹਦਾ ਦਰਮਿਆਨ ਆ ਗਿਆ। ਰੱਤੀ ਰੋੜੀ ਤੇ ਜਾ ਕੇ ਰਾਰ ਨੂੰ ਸਿਆਲਾਂ ਵਾਲੇ ਪਾਸੇ ਖਲੋ ਗਿਆ। ਲਕੀਰ ਫੌਜਾਂ ਦੇ ਮੋਹਰੇ ਖਿੱਚ ਦਿੱਤੀ। ਲਕੀਰੋ ਪਾਰ ਭਰ ਭਰ ਕੇ ਪਿਆਲੇ ਸ਼ਰਾਬ ਦੇ ਰੱਖ ਦਿੱਤੇ। ਰਾਰ ਨੇ ਆਪਦੀ ਫੌਜ ਨੂੰ ਐਲਾਨ ਦੇ ਦਿੱਤਾ ਕਿ ਜੋ ਸੂਰਮਾ ਸਾਡੇ ਨਾਲ ਮਰਨ ਵਾਸਤੇ ਆਇਆ ਉਹ ਤੇ ਲਕੀਰੋਂ ਪਾਰ ਟੱਪਿਆ ਵੇ, ਪਿਆਲੇ ਸ਼ਰਾਬ ਦੇ ਚੱਖ ਲਵੇ। ਮਗਰ ਭਾਈ ਸਾਹਿਬ ਉਹ ਐਲਾਨ ਦਿੱਤਾ ਰੇਮੂ ਨੇ ਵੀ ਸ਼ਰਾਬ ਨਹੀਂ ਹੈ, ਇਹ ਸੂਰਮਿਆਂ ਦੀ ਮੌਤ ਹੈ। ਜਿਹਨੂੰ ਮੌਤ ਕਬੂਲ ਆ ਇਹ ਲਕੀਰੋਂ ਪਾਰ ਟੱਪਿਆ, ਮਗਰ ਜਿਹਨੂੰ ਜਾਨਾਂ ਪਿਆਰੀਆਂ ਆ ਦਾਨਾਬਾਦ ਹਲੇ ਨਜ਼ਦੀਕ ਆ, ਭੱਜ ਕੇ ਦਾਨਾਬਾਦ ਜਾ ਵੜੋ। ਰੇਮੂ ਰਾਰੇਮੂ ਦਾ ਐਲਾਨ ਸੁਣ ਕੇ ਮਾਵਾਂ ਦੇ ਪੁੱਤ ਸੂਰ ਨੇ ਕਬਰਾਂ ਦੇ ਮੇਜ਼ ਦੇ ਕੇ ਗਾਨੇ ਮਲਕਣ ਮੌਤ ਦੇ ਹੱਥਾਂ ਨੂੰ ਬਣਾ ਬਣਾ ਕੇ ਉਸ ਵੇਲੇ ਲਕੀਰੋਂ ਪਾਰ ਹੋ ਗਿਆ। ਪਿਆਲੇ ਉਸ ਵੇਲੇ ਹੱਥਾਂ ਤੇ ਰੱਖ ਲੈ, ਮਲਕਣ ਮੌਤ ਕਬੂਲ ਕਰ ਲਈ। ਉਹ ਉਸ ਵੇਲੇ ਇੱਕ ਸ਼ਾਇਰ ਜਵਾਬ ਕਰਕੇ ਦੱਸਦਾ, ਭਲਾ ਕੈਸੇ ਕਰਕੇ ਦੱਸਦਾ ਬਈ, ਖਬਰਿਆ ਚਾਰ ਦਿਨ ਲੱਗਣੇ, ਖਬਰਿਆ ਜ਼ਿੰਦਗੀ ਕਿਸ਼ਨਾ ਮੇਲਾ ਹੋਣਾ, ਖਬਰਿਆ ਨਹੀਂ ਹੋਣਾ, ਖਬਰਿਆ ਜਿਉਂਦਿਆਂ ਨੇ ਮੁੜ ਕੇ ਆਉਣਾ ਜਾਂ ਨਹੀਂ ਆਉਣਾ। ਉਹ ਕਮਰੇ ਉਹ ਆਪਣੇ ਤਾਂ ਮੁਰਦੇ ਖਰਾਬ ਹੋਣੇ, ਆਪਾਂ ਜਿਉਂਦੇ ਜਿਉਂਦੇ ਮਿਰਜੇ ਦੀ ਲਾਸ਼ ਤਾਂ ਸਾਂਭ ਲਈਏ। ਸਾਰੇ ਮੰਨ ਗਏ, ਰਾਰ ਰਮੂ ਦਾ ਕਹਿਣਾ ਮੰਨ ਕੇ ਝੰਗ ਮਗਿਆਣੇ ਦੇ ਜਾ ਕਰਕੇ ਉਸ ਵੇਲੇ ਚੱਲ ਦੇ ਵਿੱਚ 20 ਸੰਡਾ ਨੂੰ ਨਿਕਲ ਗਈਆਂ।
30 ਸੰਡਾ ਇੱਕ ਪਾਸੇ ਨੂੰ ਨਿਕਲ ਗਈਆਂ, ਜਾਣੀ ਮਿਰਜੇ ਦੀ ਲਾਸ਼ ਭਾਲਦੇ ਫਿਰਦੇ ਆ। ਇੱਧਰ ਦਾ ਚੌਧਰੀ ਸਾਹਿਬ ਲਾਸ਼ ਭਾਲਦੇ ਫਿਰਦੇ ਆ, ਤੇ ਉੱਧਰ ਬਈ ਸਾਹਿਬਾਂ ਨੂੰ ਮਿਰਜੇ ਦੀ ਲਾਸ਼ ਤੇ ਬੈਠੀ ਨੂੰ 7 ਦਿਨ ਹੋ ਗਏ। 7 ਦਿਨ ਇਹਨੇ ਨਾ ਕੋਈ ਕੜਾਕਾ, ਨਾ ਕੋਈ ਮੜਾਕਾ, ਨਾ ਕੋਈ ਖੜਕ, ਨਾ ਕੋਈ ਬਿੜਕ ਸੁਣਿਆ। ਨਾ ਹੁਣ ਮਿਹਰਬਾਨ ਇਹਨਾਂ ਸੰਧਾਂ ਦੀ ਕਰਵਲੀ, ਬਰਜੰਗਾਂ ਦੀ ਗਰੋਣ, ਸਾਹਿਬਾਂ ਲਾਸ਼ ਉੱਤੇ ਬੈਠੀ ਦੇ ਕੰਨ 'ਚ ਆਵਾਜ਼ਾਂ ਗਈਆਂ। ਸਾਹਿਬਾਂ ਨੇ ਦਿਲ ਵਿੱਚ ਸੋਚਿਆ ਵੀ 7 ਦਿਨ ਹੋ ਗਿਆ ਲਾਸ਼ ਉੱਤੇ ਬੈਠੀ ਨੂੰ, 7 ਦਿਨਾਂ ਦੇ ਵਿੱਚ ਕੋਈ ਬਿੜਕ ਸ਼ਿਰਕ ਨਹੀਂ ਆਈ। ਸਾਹਿਬਾਂ ਨੇ ਦਿਲ ਵਿੱਚ ਸੋਚਿਆ ਵੀ ਇਹ ਜਿਹੜੀਆਂ ਆਵਾਜ਼ਾਂ ਆਉਂਦੀਆਂ, ਖਬਰਿਆ ਮਲਕਲ ਮੌਤ ਮੇਰੀਆਂ ਖਿੱਚੀਆਂ ਕੀਤੇ ਤੁਰਿਆ ਆਉਂਦਾ। ਚੌਧਰੀ ਸਾਹਿਬ ਮੌਤ ਤੋਂ ਅੱਲਾ ਦੇ ਬਲੀ ਵੀ ਡਰੇ ਆ, ਤੇ ਸਾਹਿਬਾਂ ਦੀ ਕੀ ਜ਼ਰੂਰਤ ਸੀ। ਸਾਹਿਬਾਂ ਨੇ ਦਹਿਸ਼ਤ ਖਾਧੀ, ਦਹਿਸ਼ਤ ਖਾ ਕੇ ਇੱਕ ਬਰਲਾਪ ਕਰਦੀ ਆ, ਕਿਹਦੇ ਨਾਲ? ਰਹਿਮਿਆ ਬੰਦਾ ਤਾਂ ਉੱਥੇ ਹੈ ਹੀ ਕੋਈ ਨਹੀਂ ਸੀ, ਜਾਣੀ ਮਿਰਜੇ ਦੀ ਲਾਸ਼ ਨਾਲ ਬਰਲਾਪ ਕਰਦੀ ਆ। ਕੀ ਕਹਿੰਦੀ ਆ? ਸੁੱਤਿਆ ਜਾਗਵੇ ਖੂਨੀਆਂ, ਦੁਖੀਆਂ ਨੂੰ ਦੁਖੀ ਦੀ ਸਾਰ ਹੁੰਦੀ ਹੈ, ਸੁਖੀਆਂ ਨੂੰ ਪਰਵਾਹ ਕੋਈ ਨਹੀਂ ਹੁੰਦੀ। ਉਹ ਸਹਿਰਾ ਦਾ ਨਾਰਾ ਮਿਰਜੇ ਦੇ ਬਾਪ ਦੇ ਵਿੰਜਲ ਦੇ ਕੰਨ ਵਿੱਚ ਜਾ ਕੇ ਆਵਾਜ਼ ਪਈ, ਦੁਖੀ ਸੀ। ਸਹਿਬਾਂ ਦਾ ਨਾਰਾ ਸੁਣ ਕੇ ਵਿੰਜਲ ਆਪਦੇ ਨਫ਼ਰ ਨੂੰ ਬੋਲਿਆ, ਕਹਿੰਦਾ, ਨਫ਼ਰਾ ਉਹ ਸੋਹਣਿਆ, ਜਿਹੜਾ ਕੁਤਬ ਦੇ ਪਾਸੇ ਹੋਵੇ ਨਾ, ਕਿਸੇ ਬੰਦੇ ਰੋਂਦੇ ਦੀ ਆਵਾਜ਼ ਆਉਂਦੀ ਆ, ਮੇਰਾ ਪੁੱਤਰ ਵੀ ਸੂਰਮਾ ਸੀ, ਮੈਂ ਵੀ ਸੂਰਮਾ, ਕੋਈ ਰਾਹੀ ਮੁਸਾਫਿਰ ਕਿਸੇ ਸ਼ੇਰ ਵੇਲ ਦਾ ਘੇਰਿਆ ਹੋਣਾ, ਆਪਾਂ ਚੱਲ ਕੇ ਉਹਦੀ ਜਾਨ ਬਚਾ ਦਈਏ। ਮਿਹਰਬਾਨ ਸੰਡ ਦੇ ਹੁੰਦੇ ਚੁਸ ਲੈ ਕਰਕੇ ਬਿੰਜਲ ਬੈਠਾ, ਮੋਰੇ ਮੋਰੇ ਨਫ਼ਰ ਮਹਾਰ ਥੋੜੀ ਫਰੀ ਤੁਰਿਆ ਜਾਂਦਾ, ਕਿੱਥੇ ਚਲੇ ਗਈ ਸੰਡ? ਕਿੱਥੇ ਬਹਿ ਗਈ ਰੇਮਿਆਂ? ਜਿੱਥੇ ਸਾਹਿਬਾਂ ਮਿਰਜੇ ਦਾ ਸਰਾਣਾ ਬੱਬੀ ਬੈਠੀ ਸੀ, ਜੋਸ ਕਿਲ ਜਾ ਕੇ ਸੰਡ ਦੀ ਮਹਾਰ ਸਹਿ ਕਰਕੇ ਲਾਸ਼ ਦੇ ਉੱਤੇ ਖੜੀ ਕਰ ਦਿੱਤੀ ਸੰਡ। ਚੌਧਰੀ ਸਾਹਿਬ ਸਾਹਿਬਾਂ ਦਾ ਕੀ ਕੰਮ ਕੀਤਾ? 25 ਰੁਪਏ ਦਾ ਦੁਸ਼ਾਲਾ ਯਾਰ ਦੇ ਹੇਠ ਪਿਛਾ, 25 ਰੁਪਏ ਦਾ ਦੁਸ਼ਾਲਾ ਲਹੂ ਨਾਲ ਭਿੰਨਿਆ ਯਾਰ ਦੇ ਉੱਤੇ ਦਿੱਤਾ। ਸਾਹਿਬਾਂ ਦੇ ਹੱਥ ਵਿੱਚ ਰੁਮਾਲ ਫੜਿਆ, ਲਾਸ਼ ਤੋਂ ਮੱਖੀਆਂ ਚੱਲਦੀ ਆ, ਕਿਉਂਕਿ ਖੂਨ ਤੇ ਮੱਖੀਆਂ ਵਹਿੰਦੀਆਂ ਹੀ ਆ। ਬਿੰਜਲ ਸੰਡ ਦੇ ਹੁੱਦੇ 'ਚ ਬੈਠਾ, ਬਿੰਜਲ ਨੂੰ ਪਤਾ ਨਹੀਂ ਵੀ ਇਹ ਸਾਹਿਬਾਂ ਜਾਂ ਦੁਸ਼ਾਲੇ ਅੰਦਰ ਮੇਰਾ ਪੁੱਤਰ ਆ। ਬਿੰਜਲ ਸੰਡ ਦੇ ਹੁੱਦੇ 'ਚ ਬੈਠਾ, ਸਾਹਿਬਾਂ ਨੂੰ ਪੁੱਛਦਾ, ਕਹਿੰਦਾ, ਪੁੱਤਰ 12-12 ਕੋਹ ਦੀ ਉਜਾੜ ਆ, 18-18 ਕੋਹ ਦਾ ਜੰਗਲ ਪਿਆ, ਨਾ ਬੰਦਾ ਨਾ ਬਸ਼ਰ। ਉਹ ਕਮਲੀਏ ਬਾਰ ਬਾਰ ਉਜਾੜ ਦੇ ਵਿੱਚ ਕੀ ਲਈ ਬੈਠੀ ਆ? ਸਾਹਿਬਾਂ ਕਹਿੰਦੀ, ਬਾਬਾ ਕੀ ਪੁੱਛਦਾ, ਮੈਂ ਆਪਦੇ ਯਾਰ ਦਾ ਦੁਕਾਨ ਲਾਈ ਬੈਠੀ ਆ। ਬਿੰਜਲ ਕਹਿੰਦਾ, ਪੁੱਤਰ ਕੋਈ ਮੇਵਾ, ਕੋਈ ਮਠਿਆਈ, ਕੋਈ ਔਲਾ ਚੀਜ਼, ਕੋਈ ਅੱਛੀ ਚੀਜ਼? ਉਹ ਕਮਲੀਏ ਮੇਰੇ ਲੱਖਾਂ ਪਰ ਲੱਖਾਂ ਸੂਰਮੇ ਤੁਰੇ ਫਿਰਦੇ ਆ, ਭੁੱਖੇ ਸੂਰਮੇ ਤੁਰੇ ਫਿਰਦੇ ਆ, ਬੁਖਰਾਲੇ ਸੂਰਮੇ ਤੁਰੇ ਫਿਰਦੇ ਆ। ਇਉਂ ਕੰਮ ਕਰ ਪੁੱਤਰ, ਇਹ ਜਰਾ ਦੁਕਾਨ ਦੇ ਉੱਤੋਂ ਪੱਲਾ ਚੱਕਣਾ, ਮੈਂ ਤੇਰੇ ਯਾਰ ਦੀ ਦੁਕਾਨ ਦੀ ਚੀਜ਼ ਦੇਖ ਲਵਾਂ, ਪੈਸਾ ਪੈਸਾ ਪਰ ਖਰੀਦਾਂਗੇ, ਦੋ ਦੋ ਪੈਸਾ ਪਰ ਖਰੀਦਾਂਗੇ, ਬੱਚੀ ਤੇਰੇ ਯਾਰ ਦੀ ਦੁਕਾਨ ਦੀ ਚੀਜ਼ ਦਾ ਮੁੱਲ ਵੱਟਿਆ ਜੋ। ਸਭਾ ਕਹਿੰਦੀ, ਬਾਬਾ ਤੂੰ ਖਰੀਦਾਰ ਨਹੀਂ, ਤੈਂ ਖਰੀਦਣੀ ਨਹੀਂ, ਤੂੰ ਗਾਹਕ ਨਹੀਂ। ਕਹਿੰਦੀ, ਬਾਬਾ ਜਦੋਂ ਇਸ ਦੁਕਾਨ ਦੇ ਗਾਹਕ ਹੋਣੇ, ਮੈਂ ਤੇ ਖੁਦ ਹੀ ਪੱਲਾ ਚੱਕ ਕੇ ਪਿਛਾ ਰਿਹਾ। ਕਹਿੰਦੀ, ਬਾਬਾ ਮੈਂ ਇਹਦੀ ਮਾਲਕ ਨਹੀਂ, ਮੈਂ ਤਾਂ ਇਹਦੀ ਨੌਕਰ ਆ। ਮੈਨੂੰ ਉਸ ਲਈ ਐਂ ਕਰਕੇ ਦੁਕਾਨ ਤੇ ਬਿਠਾਲ ਕੇ ਆਪ ਲੁਕੀਆਂ ਫੜ ਬੰਨ ਕੇ ਖਬਰਿਆ ਕਿਹੜੇ ਮੁਲਕ ਨੂੰ ਚਲਾ ਗਿਆ। ਚੌਧਰੀ ਸਾਹਿਬ ਜਿਵੇਂ ਜਿਵੇਂ ਸਮਾਂ ਗੱਲਾਂ ਕਰਦੀ ਆ, ਤਿਵੇਂ ਤਿਵੇਂ ਮਰੇ ਪੁੱਤਰ ਵਾਲੇ ਹੁਣੇ ਉਹਨਾਂ ਘਰ ਮਰੇ ਪੁੱਤਰ ਵਾਲੇ ਕੰਨ ਰਸ ਪੈਂਦਾ ਜਾਂਦਾ। ਮਿਹਰਬਾਨ ਉਹ ਕਹਿੰਦਾ, ਪੁੱਤਰ ਅੱਲਾ ਦਾ ਵਾਸਤਾ ਮੰਨ ਕੇ ਇੱਕ ਵਾਰੀ ਮੈਨੂੰ ਚੀਜ਼ ਦੀ ਜ਼ਿਆਰਤ ਪਵਾ ਦੇ। ਜਿਸਲੇ ਵਾਸਤਾ ਖੁਦਾ ਦਾ ਪਾਇਆ ਹੈ, ਸਾਹਿਬਾਂ ਦੇ ਦਿਲ ਵਿੱਚ ਖੁਦਾ ਦਾ ਖੌਫ ਹੋਇਆ। ਕਹਿੰਦੀ, ਹਾ ਹਾ ਹਾ, ਇਹ ਬੰਦੇ ਦੀ ਧੌਲੀ ਦਾੜੀ ਆ ਸਾਡੇ ਬਾਪਾਂ ਵਰਗਾ, ਖੁਦਾ ਦਾ ਵਾਸਤਾ ਪਾ ਚੁੱਕਾ। ਜਿਹਦਾ ਵਾਸਤਾ ਖੁਦਾ ਦਾ ਮੰਨ ਕੇ ਯਾਰ ਤੋਂ ਪੱਲਾ ਨਾ ਚੱਕਿਆ, ਕਿਤੇ ਮੇਰੇ ਯਾਰ ਦੀ ਲਾਸ਼ ਵਿੱਚ ਕਿਰਮ ਨਾ ਚੱਲ ਜਾਣ। ਕਹਿੰਦੀ, ਦੇਖੀ ਬਾਬਾ ਕਿਤੇ ਮੇਰੇ ਪੁੱਛੇ ਤੇ ਬਿਨਾ ਮੇਰੇ ਯਾਰ ਦੀ ਚੀਜ਼ ਨੂੰ ਹੱਥ ਨਾ ਲਾ ਦੇਣੀ। ਬਿੰਜਲ ਕਹਿੰਦਾ, ਨਹੀਂ ਪੁੱਤਰ, ਤੇਰੇ ਮੇਰੇ 'ਚ ਅੱਲਾ ਤਾਲਾ ਜਾਮਣ, ਤੇਰੇ ਮੇਰੇ ਸਲੈਕ, ਤੇਰੇ ਮੇਰੇ ਵਿੱਚ ਜਨਾਬ ਗੌਸ ਪਾਕ ਜਾਮਣ, ਮੈਂ ਤੇਰੇ ਪੁੱਛੇ ਤੇ ਬਿਨਾ ਤੇਰੀ ਯਾਰ ਦੀ ਚੀਜ਼ ਨੂੰ ਹੱਥ ਨਹੀਂ ਲਾਉਂਦਾ। ਯਾਰ, ਬਿੰਜਲ ਨੂੰ ਪਤਾ ਨਹੀਂ ਸੀ ਵੀ ਮੇਰਾ ਪੁੱਤਰ ਆ, ਜੇ ਪਤਾ ਹੁੰਦਾ ਤੇ ਜਾਮਣੀਆਂ ਕਿਉਂ ਦਿੰਦਾ। ਲਓ ਜੀ ਮਿਹਰਬਾਨ, ਬਿੰਜਲ ਦਾ ਵਾਸਤਾ ਖੁਦਾ ਦਾ ਮੰਨ ਕੇ ਵਾਰੀ ਆ ਗਈ ਸਾਹਿਬਾਂ ਦੀ, ਪਾ ਕੇ ਸੱਜਾ ਹੱਥ ਜਿਸਲੇ ਯਾਰ ਦੇ ਮੁੱਖ ਦੇ ਉੱਤੋਂ ਐ ਕਰਕੇ ਦੁਸ਼ਾਲਾ ਚੱਕਿਆ। ਪਰ ਸਿਆਲਾਂ ਨੇ ਛੋਟੀਆਂ ਛੋਟੀਆਂ ਕਤਲੀਆਂ ਕੀਤੀਆਂ, ਛੋਟੀਆਂ ਛੋਟੀਆਂ ਬੋਟੀਆਂ ਕੀਤੀਆਂ, ਸ਼ਕਲੋਂ ਬਦ ਸ਼ਕਲ ਕੀਤਾ, ਉਹ ਉਸਲੇ ਵਕਤੋਂ ਬੇਵਕਤ ਕੀਤਾ। ਯਾਰ, ਉਹ ਭਾਵੇਂ 17 ਪੜਦਿਆਂ 'ਚ ਹੁੰਦਾ, ਉਹਦਾ ਪੁੱਤਰ ਸੀ, ਉਹਦਾ ਖੂਨ ਸੀ, ਉਹਦੇ ਢਿੱਡ ਦੀ ਬੋਟੀ ਸੀ, ਕਿਉਂ ਨਾ ਸਾਣ ਦਾ ਉਸਲੇ ਸਿਆਣ ਦਾ। ਮਰੇ ਪਏ ਬੱਚੇ ਨੂੰ ਦੇਖ ਕੇ ਮਰੇ ਪੁੱਤਰ ਵਾਲਾ ਬਿੰਜਲ ਸੰਡ ਦੇ ਹੋਦੇ ਚੋਂ ਐਂ ਤੜਫ ਕੇ ਡਿੱਗਿਆ ਜਿਵੇਂ ਨੀਲਾ ਮਿਰਗ ਗੋਲੀ ਦਾ ਮਾਰਿਆ, ਫੇਰੀ ਮੋੜੇ ਡਾਕਦੇ ਹੁੰਦੇ ਉਡਾ ਕੇ ਡਿੱਗਦਾ। ਮਿਹਰਬਾਨ, ਡਿੱਗਦੇ ਬੁੱਢੇ ਨੂੰ ਲਾਸ਼ ਆ ਗਈ, ਬੱਚੇ ਦੀ ਹੱਥ ਪਏ ਚੱਕ ਕੇ ਮਰੇ ਪਏ ਬੱਚੇ ਦੀ ਲਾਸ਼ ਉਸਲੇ ਰੱਖ ਕੇ ਪੱਟਾਂ ਦੇ ਉੱਤੇ ਲਾ ਕੇ ਢਿੱਡ ਦੇ ਨਾਲ ਸੁੱਤੇ ਪਏ ਪੁੱਤਰ ਨੂੰ ਬਾਜਾ ਮਾਰਦੇ ਵੀ ਬੱਚਾ ਆਪ ਤਾਂ ਲੰਮੀਆਂ ਤਣ ਕੇ ਖੂਨੀ ਵਾਰ ਦੇ ਵਿੱਚ ਪੈ ਗਿਆ, ਮੈਨੂੰ ਬੁੱਢੇ ਬਾਪ ਨੂੰ ਦੇਸੋ ਪੱਟ ਕੇ ਜੇ ਕਿਤੇ ਜੀਂਦਾ ਹੈ ਇੱਕ ਵਾਰੀ ਬੋਲ ਕੇ ਆਵਾਜ਼ ਦੇ, ਪਰ ਤੂੰ ਤਾਂ ਦੁਨੀਆਂ ਤੋਂ ਲੱਭਿਆ ਤੁਰਿਆ ਜਾਣਾ, ਪਿੱਛੋਂ
ਨਹੀਂ ਲੱਗ ਸੀ ਲੱਗ ਮੈਂ ਧਾ ਮਾਰ ਮਾਰ ਕੇ ਸੁੱਤੇ ਪਏ ਪੁੱਤਰ ਨੂੰ ਜਗਾਉਂਦਾ ਪਿਆ ਕੈਸੇ ਜਵਾਬ ਕਰਦਾ ਆਣ ਕੇ ਹੋਈ
Thank you.
तेरे पुत्र दे नाल होई आ तां कलावा ओदा ही दोनों में भर आया। बिंदल कहिंदा पुत्र मेरा खुफर नहीं निकलिया। सावा कहिंदी बाबा एक मेरा भी अल्लाह का वास्ता मनता। कहिंदा पुत्र तू की कहनी आ? कहिंदी बाबा ए तेरा पुत्र मैं तेरी नो ते तू मेरा सौरा एक अल्लाह का वास्ता मन के जरा लाश का खड़ा छड़ दे मैं भी आपके यार नूं ताना दे लवां। चौधरी साहब बिंजल ने बिस्मिल्ला पढ़ के मरे पै बच्चे की लाश छां करके जमीन ते रख दिती। बारी आ गई साहबा दी। कहिंदी जटा ना नाता खारे बैठ के ना उतरिया चप्पणियां भन का टुकन खीवे मार दे बन पाइया दे जन वे तेरी सस नहीं दित्तियां बुरकियां घ्यो च रला के खंडो तू जीजा नहीं खेलिया सालिए ना बहके पालिया शब्द। मतलब की कहिंदी उधाला नूं लैके तुर पिया शगना सहना दे कोई नहीं कम किते ताना दे लिया। बिंदल कहिंदा पुत्र तैं आपदे उसले मिर्जे नूं सोहणे नूं ताना दे लिया? कहिंदी हां बाबा ताना दे लिया। कहिंदा पुत्र मेरा भी हले गुफर नहीं निकलिया एक मैनूं भी ताना दे लण दे। चौधरी साहब साहबा पिछे हट गई। बारी आ गई बिंजल दी। बिंजल कहिंदा बच्चा आ देख लखां पर लखां सूरमे उसले तेरे नाल के तेरे वैर नूं आए पए जानी तेरे बिना मैनूं यह जन सारी सुनी दिसदी आ। चौधरी साहब नूं सौरा झगड़ दिया तां बाकी दा जिहड़ा उसले जहान सी सारा उसे तरह तुरिया फिरदा। कूका मेहरबान किन सुनिया? किन सुनिया भाई? अरे मैं उसले मिर्जे दे भाइयां मिर्जे दी भैन और मिर्जे दी माई ने मिर्जे दे भरा भी लाश ते आण के वजे ते मिर्जे दी माई भी आण के लाश ते खलो गई मिर्जे दी भैन छत्ती भी आण के लाश ते खलो गई। चौधरी साहब आप अपने ताने देख के पिछे हट गए। बारी आ गई मिर्जे दी भैन छत्ती दी। खोल के मिडियां मार के पट्टां दे दहत्तर सुते पाए भाई नूं ताने मार दिया। कहिंदी जट्टा ओ उसले ऐ करके तू तां उसले तुरिया जाना एक पिछों मेरा गिरबणी दा खीला पसीला की तो दाज भेजे दियां बूरगियां लै लूं किवें सुते पाए भरा नूं ताने मार दिया भाई।
मेहरबान मिर्जे की भैन छत्ती भरा ताना दे एक बारी आ गई मिर्जे की मान सिबो दी खलो के मरे पे बच्चे की लाश से पट के मीडिया एक सुते पे पुतनों आवाजा मार दी है भला कैसे करके आवाजा मार दी है भाई नफर आए कहता नफर आए कि हां बाबा
ਕਹਿੰਦਾ ਪੁੱਤਰਾ ਕੁਤਬ ਦੇ ਪਾਸੇ ਹੋਵਾਂ ਨਾ ਜਰਾ ਵਿੜਕ ਲਵੇ ਨਾ ਮੈਨੂੰ ਬੰਦਿਆਂ ਰੋਂਦਿਆਂ ਦੀ ਆਵਾਜ਼ ਆਉਂਦੀ ਕਿਤੇ ਮਿਰਜੇ ਦੀ ਲਾਸ਼ ਨਾ ਲੱਭ ਗਈ ਹੋਵੇ। ਚੌਧਰੀ ਸਾਹਿਬ ਰਾਹ ਫਰਮਾਵੇ ਨਫ਼ਰ ਨੂੰ ਮੇਰੀ ਸੰਢ ਨੂੰ ਜਰਾ ਧਰਿਆ ਬਾਦ ਰੋਂਦੇ ਆਉਂਦੇ ਆਉਂਦੀ ਹੋਮੀ ਕੁਤਬ ਦੇ ਦਾ ਸੰਢ ਘਲਿਆਰ ਨਫ਼ਰ ਨੇ ਦਿੱਤੀ ਹਾਊਡਾ ਨੂੰ ਪੌੜੀ ਲਾ ਖਲੋ ਕੇ ਨਫ਼ਰ ਦੇ ਸਾਹਮਣੇ ਇੱਕ ਉਸਲੇ ਨਫ਼ਰ ਨੂੰ ਉਸਲੇ ਜਵਾਬ ਕਰਦਾ ਪਏ ਮੈਨੂੰ ਉੱਥੇ ਲੈ ਚੱਲ ਜਿੱਥੇ ਰੋਂਦਿਆਂ ਦੀ ਆਵਾਜ਼ ਆਉਂਦੀ ਆ ਕਿਵੇਂ ਉਸਲੇ ਬਿੰਜਲ ਉਸਲੇ ਕਰਕੇ ਰਾਹ ਰਹਿਮ ਨੂੰ ਨਫ਼ਰ ਤੋਂ ਉਤਰਦਾ ਤਾਂ ਕਿਵੇਂ ਮਿਰਜੇ ਦੀ ਲਾਸ਼ ਤੇ ਜਾਂਦੇ ਆਵੇ।
ਮੈਂ ਜਿੱਥੇ ਮਿਰਜੇ ਨੂੰ ਲਈ ਬੈਠੇ ਸੀਗੇ ਆਣ ਕੇ ਜਦੋਂ ਪੋਤਰੇ ਦੀ ਲਾਸ਼ ਦੇਖੀ ਦਾਰ ਦੇ ਕੇ ਜ਼ਮੀਨ ਦੇ ਉੱਤੇ ਡਿੱਗਾ ਦੰਦਲ ਪੈ ਗਈ ਪੋਤਰੇ ਉੱਥੇ ਉੱਠੇ ਪੁੱਤਰ ਉੱਠੇ ਭਤੀਜੇ ਉੱਠੇ ਦੋ ਦੋ ਚੂੜੀਆਂ ਮੂੰਹ ਚ ਪਾਣੀ ਦੀਆਂ ਪਾਈਆਂ ਦੋ ਚਾਰ ਦਸ ਮਿੰਟ ਬਾਅਦ ਮਰੇ ਪੋਤੇ ਵਾਲੇ ਨੂੰ ਸੁਰ ਤੇ ਆਈ ਉੱਠ ਕੇ ਬੈਠ ਗਿਆ ਕਹਿੰਦਾ ਭਾਈ ਸਾਹਿਬ ਰੋਣਾ ਪੈ ਗਿਆ ਸਾਰੀ ਉਮਰ ਦਾ ਰੋਣਾ ਬੰਦ ਕਰ ਦਿਓ ਇਉਂ ਕੰਮ ਕਰੋ ਇਹਨੂੰ ਆਪਾਂ ਡੇਕ ਸਨਾਂ ਦੇ ਕੰਢੇ ਤੇ ਲੈ ਚਲੀਏ ਨਹਾਈਏ ਧੁਆਈਏ ਸ਼ਰਤੀ ਪਾਕ ਬਣਾਈਏ ਕਫਨ ਦੇ ਵਿੱਚ ਲਪੇਟ ਕੇ ਕਬਰ ਪੱਟ ਕੇ ਕਬਰ ਦੇ ਵਿੱਚ ਦਫਨਾ ਕੇ ਉੱਤੇ ਮਿੱਟੀ ਪਾ ਕੇ 70 ਤੇ 72 ਕਦਮ ਤੇ ਖਤਮ ਦੇ ਕੇ ਫਿਰ ਚੜ ਕੇ ਆਪਾਂ ਸਿਆਲਾਂ ਨਾਲ ਮੱਥਾ ਲਾਈਏ ਜਿਹੜੇ ਕਾਰੋਬਾਰ ਨੂੰ ਆਏ ਆ ਅੱਲਾ ਦੀ ਸਾਥ ਸਾਡਾ ਉਹ ਕਿਲਾ ਸਰ ਕਰੇ ਚੌਧਰੀ ਸਾਹਿਬ ਮਿਰਜੇ ਦੀ ਲਾਸ਼ ਨੂੰ ਦੇਖ ਨਾ ਦੇ ਕੰਢੇ ਤੇ ਲਿਜਾ ਕੇ ਨਹਾਇਆ ਧੁਆਇਆ ਪਾਕ ਸ਼ਰਤੀ ਬਣਾ ਕੇ ਕਫਨ ਵਿੱਚ ਲਪੇਟ ਕੇ ਜਦੋਂ ਮਿਰਜੇ ਦੀ ਲਾਸ਼ ਨੂੰ ਚੁੱਕ ਕੇ ਤੁਰਨ ਲੱਗੇ ਮਿਰਜੇ ਦੀ ਭੈਣ ਛੱਤੀ ਤਾਂ ਮਿਰਜੇ ਦੀ ਮਾਂ ਸਲਾਹ ਕਰਕੇ ਆਪਸ ਵਿੱਚ ਹੀ ਤਾਨਾ ਤਨੋੜਾ ਕਰਦੀਆਂ ਮਿਰਜੇ ਦੀ ਮਾਂ ਸਿਬੋ ਕਹਿੰਦੀ ਪੁੱਤਰ ਛੱਤ ਗਏ ਚੱਲ ਖਾਂ ਆਪਾਂ ਵੀ ਦੇਖਣ ਚਲ ਗਏ ਮਿਰਜੇ ਨੂੰ ਫਿਰ ਪੁੱਤਰ ਕਿਹੜੀ ਮੁਸੀਬਤ ਤੋਂ ਤੁਰਿਆ ਜਾਂਦਾ ਮਿਰਜੇ ਦੀ ਮਾਂ ਸਿਬੋ ਕਹਿੰਦੀ ਧੀਏ ਛੱਤ ਗਏ ਕੱਪੜੇ ਦਾ ਨਾਂ ਕਫਨ ਤਰਿਆ ਬੰਦੇ ਦਾ ਨਾਮ ਮੁਰਦਾ ਚੱਲ ਨੀ ਧੀਏ ਵੇਖਣ ਚਲ ਗਏ ਪੁੱਤ ਕਿਹੜੀ ਮੁਸੀਬਤ ਨੂੰ ਤੁਰਦਾ ਬਹਿਣ ਪੈ ਦਰਿਆ ਚੋ ਬੰਜ ਸਾਡਾ ਜਾਂਦਾ ਰੁੜਦਾ ਨੀ ਤਿੱਗੇ ਇਧਰੋਂ ਲੱਖਾਂ ਚਲੇ ਗਏ ਉਧਰੋਂ ਤਾਂ ਕੋਈ ਵੀ ਨੀ ਦੇਖਿਆ ਮੁੜਦਾ ਜਿੱਧਰ ਨੂੰ ਮੇਰਾ ਪੁੱਤਰ ਉਸਲੇ ਮਿਰਜਾ ਤੁਰਿਆ ਜਾਂਦਾ ਮਿਹਰਬਾਨ ਸਰਜੇ ਤੇ ਸਰਦੂਲ ਨੇ ਮੰਜੀ ਲਈ ਸਿਰਾਂ ਤੇ ਚਾਹ ਚੁੱਕ ਕੇ ਮੰਜੀ ਤੁਰ ਪਿਆ ਉੱਤੇ ਗਿਆ ਕਬਰ ਦੇ ਆ ਉੱਤੇ ਕਬਰ ਦੇ ਆ ਕੇ ਪਏ ਮੰਜੀ ਦਿੱਤੀ ਲਾ ਡੌਲੇ ਤੇ ਫੜ ਕੇ ਰਾਨ ਦਿੱਤਾ ਬੋਕੇ ਵਾਂਗ ਭਰਾ ਜਾਂਦੀ ਮਾਰੀ ਮੂੰਹ ਵੇਖਦੇ ਜੱਟ ਮਿਰਜੇ ਦੇ ਚਾਰ ਭਰਾ ਰਿਮਿਆ ਭਾਂਡੇ ਚਿਣ ਦੇ ਨਾਲ ਯਕੀਨ ਦੇ ਉੱਤੇ ਸੰਦਲ ਦਿੰਦੇ ਲਾ ਤੇ ਬੂ ਬੂ ਕਰਦੀ ਸਹਿਬਾ ਆਈ ਲਾਸ਼ ਦੇ ਦਾ ਧੱਕੇ ਮਾਰ ਸਰਦੂਲ ਨੇ ਮਿਰਜੇ ਦੇ ਭਾਈ ਨੇ ਦਿੱਤੇ ਪਿੱਛੇ ਹਜਾ ਹਟਾ ਪਿੱਛੇ ਹਜਾ ਕਰਮਾ ਮਾਰ ਗਏ ਤੈਨੂੰ ਕਹਿੰਦੇ ਬੜੀ ਦਿਨਾਂ ਨਹੀਂ ਕਰ ਸਕੀ ਭਾਈਆਂ ਦੇ ਹੋ ਕੇ ਤੈਂ ਸਾਡਾ ਦਿੱਤਾ ਵੀਰ ਮਰਵਾ ਮਿਹਰਬਾਨ ਮਿਰਜੇ ਦੀ ਲਾਸ਼ ਨੂੰ ਜਿਸਲੇ ਕਬਰ ਦੇ ਵਿੱਚ ਉਤਾਰਿਆ ਮਿਰਜੇ ਦੀ ਭੈਣ ਭਰਾ ਮਾਂ ਬਾਪ ਅੰਗ ਸਾਖ ਸਾਰੇ ਇਕੱਠੇ ਹੋਏ ਤਾਂ ਸਹਿਬਾ ਬਾਈ 10-15 ਕਰਮ ਤੇ ਖਲੋਤੀ ਆ ਜਦੋਂ ਕਬਰ ਦੇ ਵਿੱਚ ਉਤਾਰ ਦਿੱਤਾ ਸਹਿਬਾਂ ਦੇ ਦਿਲ ਦੇ ਵਿੱਚ ਆਈ ਇਸ ਮਿਰਜੇ ਦਾ ਮੁੱਖ ਦੇਖਣ ਦੀ ਖਾਤਰ ਭੈਣ ਭਰਾ ਅੰਗ ਸਾਖ ਮਾਂ ਬਾਪ ਛੱਡੇ ਪਿਓ ਦਾਦੇ ਦੀ ਚਿੱਠੀ ਪੱਗ ਨੂੰ ਦਾਗ ਲਾਇਆ ਇਸ ਮਿਰਜੇ ਦਾ ਦਾਨਾਵਾਦ ਦੇਖਣਾ ਸੀ ਅੱਲਾ ਦੀ ਜ਼ਾਤ ਨੇ ਕਿਸਮਤ ਵਿੱਚ ਨਾ ਰਹਿਣ ਦਿੱਤਾ ਹੁਣ ਮਿਰਜੇ ਨੂੰ ਵੀ ਖੜਿਆ ਕਿਹੜੇ ਖੂਹ ਚ ਉਤਾਰ ਦਿੱਤੇ ਚੌਧਰੀ ਸਾਹਿਬ ਸਾਹਿਬਾਂ ਤੋਂ ਜਿਗਰਾ ਨਹੀਂ ਹੋਇਆ ਤੱਫੇ ਮਾਰਦੀ ਸੂਰਮਿਆਂ ਦੇ ਵਿਗਦੀ ਫੌਜਾਂ ਦੇ ਵਿਗਦੀ ਮਿਰਜੇ ਦੀ ਲਾਸ਼ ਨੂੰ ਆ ਚਿੰਬੜੀ ਜਦੋਂ ਮਿਰਜੇ ਦੀ ਲਾਸ਼ ਨੂੰ ਚਿੰਬੜੀ ਮਿਰਜੇ ਦੇ ਭਰਾ ਸਰਦੂਲ ਲੈ ਕਰਕੇ ਲਫੇੜਾ ਮਾਰਿਆ ਤਿੰਨਾਂ ਕਰਮਾਂ ਤੇ ਫੜਕਾ ਕੇ ਸੜ ਦਿੱਤੀ ਹਟ ਹਟ ਕੇ ਬੈਠ ਪਿੱਛੇ ਉਹ ਕਮਲੀਏ ਕੜਮੀਏ ਅੱਜ ਇਸ ਯਾਰ ਦਾ ਤੇ ਜਗਾਉਣੀ ਉਦੋਂ ਜਗਾਉਂਦੀ ਤੇ ਜਦੋਂ ਮੁੱਠਾ ਤਲਵਾਰ ਦਾ ਭੰਨ ਦਿੱਤਾ ਉਹ ਕਮਲੀਏ ਕੁੰਡਾ ਬੰਦੂਕ ਦਾ ਵਿਗਾੜ ਦਿੱਤਾ ਤੰਗ ਬੱਕੀ ਦਾ ਤੋੜ ਦਿੱਤਾ ਸਾਡਾ ਸੋਨਾ ਰੇਤ ਰਲਾ ਕੇ ਅੱਜ ਇਸ ਯਾਰ ਦਾ ਤੇ ਜਗਾਉਣੀ ਮਿਹਰਬਾਨ ਮਿਰਜੇ ਦੇ ਸਾਰੇ ਉਸਲੇ ਭੈਣ ਭਰਾ ਰਿਸ਼ਤੇਦਾਰ ਸਾਰੇ ਇਕੱਠੇ ਹੋਏ ਸੀ ਆਗਾ ਬਾਗਾ ਸਾਹਿਬਾਂ ਦਾ ਉਦੋਂ ਕੋਈ ਵੀ ਨਾ ਸੀ ਉੱਥੇ ਜਾ ਖੜੀ ਹੋਈ ਜਿੱਥੋਂ ਉਸ ਲੈ ਕਰਕੇ ਭੱਜ ਕੇ ਆਈ ਸੀ ਚੌਧਰੀ ਸਾਹਿਬ ਜਿਹੜਾ ਹਲਕਾ ਬੰਦਾ ਹੁੰਦਾ ਕਮਜ਼ੋਰ ਹੁੰਦਾ ਉਹਦਾ ਰੋਣ ਤੇ ਜ਼ੋਰ ਹੁੰਦਾ ਤਾਂ ਤਕੜੇ ਦਾ ਕੁੱਟਣ ਤੇ ਜ਼ੋਰ ਹੁੰਦਾ ਸਾਹਿਬਾਂ ਦਾ ਹੌਕੇ ਤੇ ਹੌਕਾ ਪੈਂਦਾ ਰਾਰ ਰਿਮ ਮਿਰਜੇ ਦੇ ਆ ਕਰਕੇ ਦਾਦੇ ਨੇ ਜਦੋਂ ਨਜ਼ਰ ਮਾਰ ਕੇ ਦੇਖੀ ਤਾਂ ਰੋਂਦੀ ਸਾਹਿਬਾਂ ਨਜ਼ਰ ਆ ਗਈ ਰੋਂਦੀ ਸਾਹਿਬਾਂ ਦੇਖ ਕੇ ਰਾਹ ਨੂੰ ਆ ਗਿਆ ਖੌਫ ਖੁਦਾ ਡੌਲੇ ਤੇ ਫੜ ਕੇ ਸਾਹਿਬਾਂ ਦਿੱਤੀ ਕਬਰ ਵਿੱਚ ਲਾ ਉਹ ਚਿਹਰਾ ਦੇਖਦੀ ਯਾਰ ਦਾ ਭਾਈ ਸਿਰ ਦੇ ਬੰਦ ਘੁਲਾ ਕਹਿੰਦੀ ਜੱਟਾ ਤਾਂ ਮਾਪੇ ਸੱਦ ਲੈ ਆਪਦੇ ਲਈ ਭਾਈਏ ਦੀ ਜੰਡ ਬਣਾ ਮੈਂ ਕਿਸੇ ਦੀ ਕੁਝ ਨਹੀਂ ਲੱਗਦੀ ਮੇਰੀ ਤੇਰੇ ਨਾਲ ਸਮਝਾ ਦੇ ਦੱਖਣ ਦਿਆ ਬਣ ਜਾ ਰਿਹਾ ਮੇਰਾ ਉਜਲੀ ਦਾ ਸਾਥ ਰਲਾ ਲਓ ਜੀ ਭਰ ਕੇ ਕਲਾਵਾ ਯਾਰ ਦੀ ਲਾਸ਼ ਦਾ ਸਾਹਿਬਾਂ ਐਂ ਕਰਕੇ ਆਪਦੀ ਹਿੱਕ ਨਾਲ ਲੈਂਦੀ ਲਾ ਮੱਥੇ ਤੇ ਮੱਥਾ ਜੋੜ ਕੇ ਦਿੰਦੀ ਮੂੰਹ ਤੇ ਮੂੰਹ ਟਕਾ ਫੇਰ ਦੁਆਵਾਂ ਮੰਗਦੀ ਡਾਢੇ ਦੀ ਦਰਗਾਹ ਕਹਿੰਦੀ ਆ ਮੌਲਾ ਐ ਰੱਬ ਲਈ ਆਲਮੀ ਨੇ ਯਾ ਮੌਲਾ ਜਾਂ ਤਾਂ ਮੈਨੂੰ ਵੀ ਮੌਤ ਦੇ ਨੀ ਇਹਦੇ ਜ਼ਿੰਦੜੀ ਪਾ ਮਿਹਰਬਾਨ ਰੋਣਾ ਉਸ ਗਰੀਬ ਸਾਹਿਬਾਂ ਦਾ ਸੁਣਿਆ ਵਿੱਚ ਦਰਗਾਹ ਅਜ਼ਰਾਈਲ ਫਰਿਸ਼ਤਾ ਭੇਜਿਆ ਆਪ ਖੁਦਾ ਤਖਤੀ ਲੋ ਮਹਿਫੂਜ਼ ਦੀ ਸਾਹਮਣੇ ਕੀਤੀ ਆ ਨੀ ਜੱਟ ਕੇ ਸਾਹਿਬਾਂ ਆ ਨਾਵਾਂ ਪੜ ਲਾ ਆਪਦਾ ਤੇਰੇ ਵੀ ਬਈਆਂ ਦਫਤਰੋਂ ਸਿੱਟ ਬਈਆਂ ਦਫਤਰੋਂ ਸਿੱਟਿਆ ਲਾ ਤੇਰੀ ਉਹ ਕਰਾਰੀ ਪੁੱਜ ਗਈ ਕਿਹੜੀ ਬਈ ਜਿਹੜੀ ਆਇਆ ਧਰੋਂ ਲਖਾ ਪਰ ਛੱਟੀ ਲੱਕੋ ਕੱਢ ਗਿਟਾਰ ਨੂੰ ਲੈਂਦੀ ਕਾਲਜੇ ਬਾਹ ਢੇਰੀ ਹੋ ਗਈ ਯਾਰ ਦੀ ਲਾਸ਼ ਤੇ ਇੱਕ ਬੈਠੀ ਆਪਣਾ ਆਪ ਕੋ ਕਹਿੰਦੇ ਪਰਦਾ ਨਾ ਚੱਕੋ ਇਹਨਾਂ ਨਾਲ ਤੇ ਸਾਰੇ ਹੈ ਉਲਿਆ ਭਲਾ ਕੈਸੇ ਜਵਾਬ ਕਰਦੀ ਆਣ ਕੇ ਬਈ Thank you.
ਜਿਹੜੇ ਆਸ਼ਕ ਹੁੰਦੇ ਨਾ, ਆਸ਼ਕ ਨੂੰ ਮੌਤ ਦਾ ਪਤਾ ਨਹੀਂ, ਮੌਤ ਦਾ ਡਰ ਨਹੀਂ। ਇੱਕ ਉਸਲੇ ਆਸ਼ਕਾਰ ਦੀ ਆਈ ਤੋਂ ਨਹੀਂ ਹਟਦੇ, ਆਪਦੇ ਧੱਕੇ ਨਹੀਂ ਹਟਦੇ, ਆਪਦਾ ਉਸਲੇ ਐਂ ਕਰਕੇ ਉਸਲੇ ਜਿਗਰਾ ਜਿਹੜਾ ਆਪਦਾ ਕਾਰੋਬਾਰ ਆਪਦਾ ਪੂਰਾ ਕਰਕੇ ਹਟਦੇ, ਭਲਾ ਕੈਸੇ ਕਰਕੇ ਆਸ਼ਕਾਂ ਦੀ ਵੰਡ ਕਰਦਾ ਬਾਈ।